विधानसभा चोणां जित्तण तों बाद पंजाब दे मुख्यमंत्री दे रूप विच भगवंत मान 16 तरीक नूं खटकड़ कलां विखे सहुं चुक समागम विच सहुं चुक के पंजाब दे मुख्यमंत्री दी कुर्सी संभालणगे। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਸੈਂਟਰਲ ਅੰਮ੍ਰਿਤਸਰ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਦਿੱਤੀ। ਉਹਨਾਂ ਕਿਹਾ ਕਿ 16 ਤਰੀਕ ਨੂੰ ਸੌਂ ਚੁੱਕ ਸਮਾਗਮ ਵਿੱਚ ਵਿਧਾਨ ਸਭਾ ਹਲਕਾ ਸੈਂਟਰਲ ਤੋਂ 1000 ਦੇ ਕਰੀਬ ਵਰਕਰ ਖਟਕੜ ਕਲਾਂ ਵਿਖੇ ਜਾਣਗੇ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਗਈ ਸੀ, ਉਸ ਦਾ ਬਲੂਪ੍ਰਿੰਟ ਤਿਆਰ ਹੋ ਚੁੱਕਾ ਹੈ। ਬਸ ਸਰਕਾਰ ਬਣਨ ਤੋਂ ਬਾਅਦ ਇਸ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਅਤੇ ਪੰਜਾਬ ਦੇ ਹਰ ਮਸਲੇ ਤੇ ਆਪ ਦੀ ਸਰਕਾਰ ਪਹਿਲ ਦੇ ਆਧਾਰ ਤੇ ਕੰਮ ਕਰੇਗੀ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਵੇਗੀ। ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਰਿਪੋਰਟ, ਪੰਜਾਬ ਅਬ ਤੱਕ। ਅਸੀਂ ਇੱਥੇ ਕੋਈ ਏਦਾਂ ਦੀ ਰਾਜਨੀਤੀ ਨਹੀਂ ਹੈ। ਅਰਵਿੰਦ ਜੀ ਨੇ ਪਹਿਲੇ ਕਿਹਾ ਸੀ ਕਿ ਅਸੀਂ ਗੰਦੀ ਰਾਜਨੀਤੀ ਨਹੀਂ ਕਰਾਂਗੇ, ਅਸੀਂ ਜਿਹੜੀ ਸਹੀ ਰਾਜਨੀਤੀ ਆ, ਅੱਛੀ ਰਾਜਨੀਤੀ ਆ, ਉਹ ਕਰਾਂਗੇ। ਹਰੇਕ ਇਨਸਾਨ ਦਾ ਕੰਮ ਹੋਏਗਾ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ। ਕਿਸੇ ਨੂੰ ਮੈਂ ਆਪਣੀ ਸਾਰੀਆਂ ਟੀਮਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਕਿਸੇ ਨੂੰ ਤੁਸੀਂ ਐਂ ਨਹੀਂ ਪੁੱਛਣਾ ਵੀ ਭਾਈ ਤੂੰ ਕਿੱਥੋਂ ਆਇਆ, ਤੂੰ ਕਿਹੜੀ ਪਾਰਟੀ ਦਾ, ਇਹ ਕੋਈ ਸਵਾਲ ਨਹੀਂ ਕਰਨਾ। ਤੁਸੀਂ ਉਹਨੂੰ ਸਿਰਫ ਅਤੇ ਸਿਰਫ ਉਹਦਾ ਕੰਮ ਪੁੱਛਣਾ ਔਰ ਉਹਦਾ ਕੰਮ ਪੁੱਛ ਕੇ ਕੰਸਰਨਡ ਆਫਿਸਰ ਨੂੰ ਉਸ ਵੇਲੇ ਕਹਿਣਾ ਕਿ ਇਹਦਾ ਕੰਮ ਤੁਰੰਤ ਕਰਕੇ ਕਾਲ ਬੈਕ ਕਰੇ। ਤਕਰੀਬਨ 1000 ਬੰਦਾ ਸਾਡਾ ਇੱਥੋਂ ਸੈਂਟਰ ਕੋਂਸਟੀਚੁਐਂਸੀ ਤੋਂ ਬੱਸਾਂ ਜਾ ਰਹੀਆਂ, ਕਾਰਾਂ ਜਾ ਰਹੀਆਂ। ਉਤਸ਼ਾਹ ਹੀ ਬੜਾ, ਬਹੁਤ ਉਤਸ਼ਾਹ ਹੈ। ਸਹੁੰ ਸਮਾਗਮ ਜਿਹੜਾ ਉਹ ਸਾਡੇ ਮਾਣਯੋਗ CM ਸਾਹਿਬ ਦਾ, ਭਗਵੰਤ ਮਾਨ ਜੀ ਦਾ, ਔਰ ਉਸ ਸਮਾਗਮ ਦੇ ਵਿੱਚ ਬਹੁਤ ਜ਼ਿਆਦਾ ਮੈਂ ਦੇਖਣ ਜਾ ਰਿਹਾ ਕਿ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਸ ਚੀਜ਼ ਦਾ। ਹਰ ਬੰਦਾ ਕਹਿੰਦਾ ਮੈਨੂੰ ਖਟਕੜ ਕੜਾ ਲੈ ਕੇ ਜਾਓ। ਹਰ ਬੰਦਾ ਮਹਿਸੂਸ ਕਰ ਰਿਹਾ ਕਿ ਉਹ ਭਗਤ ਸਿੰਘ ਹੈ, ਉਹ ਭਗਤ ਸਿੰਘ ਦੀ ਜਿਹੜੀ ਫੀਲਿੰਗ ਆ ਉਹਦੇ ਅੰਦਰ ਆ ਰਹੀ ਹੈ। ਸੋ ਮੈਂ ਸਮਝਦਾ ਕਿ ਇਹ ਬੜੀ ਗਰਵ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ ਅੰਮ੍ਰਿਤਸਰ ਵਾਸੀਆਂ ਲਈ ਵੀ ਔਰ ਪੰਜਾਬ ਵਾਸੀਆਂ। ਕੋਈ ਚੁਣੌਤੀਆਂ ਨਹੀਂ ਹੈ, ਅਸੀਂ ਇਹ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਹੈ ਕਿ ਨਸ਼ਾ ਖਤਮ ਕਰਾਂਗੇ, ਪਹਿਲ ਦੇ ਆਧਾਰ 'ਤੇ ਖਤਮ ਕਰਾਂਗੇ ਉਹਨੂੰ, ਔਰ ਅਸੀਂ ਜਿਹੜਾ ਕਿਹਾ ਸੀ ਇੰਪਲੋਇਮੈਂਟ ਦੇਵਾਂਗੇ ਉਹਦੀ ਅਸੀਂ ਕੋਈ ਨਾ ਕੋਈ ਬਲੂਪ੍ਰਿੰਟ ਤਿਆਰ ਕੀਤਾ ਹੈ ਆਲਰੇਡੀ, ਉਹਦੇ ਉੱਤੇ ਇੰਪਲੀਮੈਂਟ ਕਰਾਂਗੇ। ਔਰ ਉਹਦੇ ਬਾਅਦ ਜਿਹੜਾ ਹੈਲਥ ਦੀ ਪ੍ਰੋਬਲਮ ਹੈ, ਐਜੂਕੇਸ਼ਨ ਦੀ ਪ੍ਰੋਬਲਮ ਹੈ ਔਰ ਬੇਸਿਕ ਪ੍ਰੋਬਲਮਸ ਹੈ, ਚਾਹੇ ਉਹ ਰਾਸ਼ਨ ਕਾਰਡ ਹੈ, ਪੈਨਸ਼ਨ ਕਾਰਡ ਹੈ, ਉਹ ਸਾਰੀਆਂ ਅਸੀਂ ਲੋਕਾਂ ਦੇ ਘਰਾਂ 'ਚ ਹੀ ਬਿਠਾ ਕੇ ਉਹਨਾਂ ਨੂੰ, ਸਾਡੀਆਂ ਟੀਮਾਂ ਜਾਣਗੀਆਂ, ਉਹ ਨਹੀਂ ਕਿਧਰੇ ਜਾ ਕੇ ਧੱਕੇ ਖਾਣਗੇ। ਹਾਂ ਬਿਲਕੁਲ ਬਿਲਕੁਲ, ਅਸੀਂ ਉਹਦੇ 'ਤੇ ਕਰ ਰਹੇ ਹਾਂ, ਵਰਕਆਊਟ ਕਰ ਰਹੇ ਹਾਂ। ਸਰਕਾਰ ਹਲੇ ਬਣੀ ਨਹੀਂ, ਸਰਕਾਰ ਬਣੇਗੀ। ਕੱਲ੍ਹ CM ਸਾਹਿਬ ਨੇ ਸਹੁੰ ਚੱਕਣੀ ਹੈ, ਉਹਦੇ ਬਾਅਦ ਕੈਬਨਿਟ ਸਹੁੰ ਚੱਕੇਗੀ, ਉਹਦੇ ਨਾਲ ਹੀ ਸਰਕਾਰ ਫਾਰਮੇਸ਼ਨ ਹੋ ਜਾਏਗੀ। ਅਤੇ ਜਦੋਂ ਜੋ ਹੀ ਸਰਕਾਰ ਹੋਏਗੀ, ਸਾਡਾ ਜੋ ਵਾਅਦੇ ਅਸੀਂ ਕੀਤੇ ਲੋਕਾਂ ਦੇ ਨਾਲ, ਚਾਹੇ ਉਹ ਬਿਜਲੀ ਦਾ, ਚਾਹੇ ਉਹ ਮੁਹੱਲਾ ਕਲੀਨਿਕਸ ਦਾ, ਚਾਹੇ ਉਹ ਵੂਮੈਨ ਐਮਪਾਵਰਮੈਂਟ ਦਾ, ਚਾਹੇ ਕੋਈ ਵੀ ਵਾਅਦਾ ਹੋ, ਇੱਕ ਵਾਅਦਾ ਪੂਰਾ ਕੀਤਾ ਜਾਏ।